ਫਾਜ਼ਿਲਕਾ ਦੇ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਤੇ ਠੱਲ ਪਾਉਣ ਦੇ ਲਈ ਫਾਜ਼ਿਲਕਾ ਵਾਸੀਆਂ ਦਾ ਸ਼ਿਸ਼ਟ ਮੰਡਲ ਐਸਐਸਪੀ ਨੂੰ ਮਿਲਿਆ। ਕੀਤੀ ਚੋਰੀ ਦੀਆਂ ਘਟਨਾਵਾਂ ਤੇ ਅੰਕੁਸ਼ ਲਗਾਉਣ ਦੀ ਮੰਗ। ਫਾਜ਼ਿਲਕਾ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਅਤੇ ਮੋਟਰਸਾਈਕਲ ਲਗਾਤਾਰ ਚੋਰੀ ਹੋ ਰਹੇ ਹਨ, ਜਿਸ ਨੂੰ ਲੈ ਕੇ ਸ਼ਹਿਰ ਵਾਸੀ ਖਾਸੇ ਪਰੇਸ਼ਾਨ ਹਨ। ਅੱਜ ਫਾਜ਼ਿਲਕਾ ਦੇ ਵਾਰਡ ਨੰਬਰ 22 ਦੇ ਐਮਸੀ ਸੁਰਿੰਦਰ ਸਚਦੇਵਾ, ਕਿਸਾਨ ਨੇਤਾ ਅਮਤੇਜ ਸਿੰਘ ਬਰਾੜ ਅਤੇ ਭੁਪਿੰਦਰ ਸਿੰਘ ਨਾਮਦਾਰੀ ਦੀ ਅਗਵਾਈ ਦੇ ਵਿੱਚ ਇੱਕ ਵਫਦ ਫਾਜ਼ਿਲਕਾ ਦੇ ਐਸਐਸਪੀ ਨੂੰ ਮਿਲਿਆ, ਜਿਸ ਨੇ ਫਾਜ਼ਿਲਕਾ ਸ਼ਹਿਰ ਦੇ ਵਿੱਚ ਹੋ ਰਹੀਆਂ ਚੋਰੀਆਂ ਤੇ ਠੱਲ ਪਾਉਣ ਅਤੇ ਚੋਰਾਂ ਦੇ ਗਰੋਹ ਨੂੰ ਫੜਨ ਦੀ ਮੰਗ ਕੀਤੀ। ਨਿਵਾਸੀ ਐਸਐਸਪੀ ਸਾਹਿਬ ਕੋਲ ਇਕੱਠੇ ਹੋਏ ਹਾਂ ਵੀ ਅਸੀਂ ਜਿਹੜੀਆਂ ਚੋਰੀਆਂ ਰੋਜ਼ ਦੀ 2-3 ਮੋਟਰਸਾਈਕਲ ਦੀ ਐਵਰੇਜ ਨਿਕਲਦੀ ਪਈ ਹੈ, ਗਰੀਬ ਆਦਮੀਆਂ ਦੀ ਚੋਰੀ ਮੋਟਰਸਾਈਕਲ ਹੋਏ ਮਿਲਦੇ ਨਹੀਂ ਪਏ, ਪਤਾ ਨਹੀਂ ਉਹਨਾਂ ਨੇ ਕਿਸ ਤਰ੍ਹਾਂ ਦੀ ਕਮਾਈ ਕੀਤੀ ਹੁੰਦੀ ਹੈ ਅਤੇ ਸਾਡੇ ਕੋਲੋਂ ਵੇਖਿਆ ਨਹੀਂ ਜਾਂਦਾ। ਇਸ ਕਰਕੇ ਅਸੀਂ ਐਸਐਸਪੀ ਸਾਹਿਬ ਨੂੰ ਅਰਜ਼ ਕੀਤੀ ਹੈ ਵੀ ਸਾਡੇ ਮੋਟਰਸਾਈਕਲ ਲਵਾਉਣ ਵਿੱਚ ਪੂਰਾ ਸਹਿਯੋਗ ਦਿਓ ਅਤੇ ਉਹਨਾਂ ਨੇ ਸਾਡੇ ਨਾਲ ਪੂਰਾ ਵਾਅਦਾ ਕੀਤਾ ਹੈ ਜੇ ਸਾਡੇ 10-15 ਦਿਨ ਵਿੱਚ ਮੋਟਰਸਾਈਕਲ ਨਹੀਂ ਮਿਲਦੇ ਤਾਂ ਅਸੀਂ ਇਹਨੂੰ ਕਿਸੇ ਹੋਰ ਰੂਪ ਵਿੱਚ ਧਰਨੇ ਦੇ ਰੂਪ ਵਿੱਚ ਲੈ ਕੇ ਜਾਵਾਂਗੇ ਤਾਂ ਜੋ ਸਾਡਾ ਫਾਜ਼ਿਲਕਾ ਵਾਸੀ ਇਸ ਚੋਰੀ ਤੋਂ ਛੁਟਕਾਰਾ ਪਾ ਸਕਣ ਅਤੇ ਉਹਨਾਂ ਦਾ ਹੱਕ ਮਿਲ ਸਕੇ। ਨਾਲ ਹੀ ਐਸਐਸਪੀ ਸਾਹਿਬ ਨੇ ਇਹ ਕਿਹਾ ਤੁਸੀਂ ਮੇਰੇ ਕੋਲ ਆਉਂਦੇ ਰਿਹਾ ਕਰੋ, ਮੈਨੂੰ ਮਿਲਦੇ ਰਿਹਾ ਕਰੋ, ਅਸੀਂ ਹਫ਼ਤੇ ਬਾਅਦ ਫਿਰ ਐਸਐਸਪੀ ਸਾਹਿਬ ਕੋਲ ਆਵਾਂਗੇ, ਫਿਰ ਉਹਨਾਂ ਨੂੰ ਯਾਦ ਕਰਾਵਾਂਗੇ, ਫਿਰ ਵੀ ਸਾਡਾ ਕੰਮ ਨਹੀਂ ਹੁੰਦਾ, ਫਿਰ ਅਸੀਂ ਆਪਦੇ ਹਿਸਾਬ ਨਾਲ ਧਰਨੇ 'ਤੇ ਬਹਿ ਕੇ ਆਪਦਾ ਹੱਕ ਲੈਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ। ਅੱਜ ਅਸੀਂ ਸ਼ਹਿਰ ਨਿਵਾਸੀ ਸਾਰੇ ਇਕੱਠੇ ਹੋ ਕੇ ਐਸਐਸਪੀ ਸਾਹਿਬ ਨੂੰ ਮਿਲੇ ਸੀ ਔਰ ਸਾਡਾ ਮਿਲਣ ਦਾ ਮਕਸਦ ਸਿਰਫ ਇੱਕੋ ਸੀ, ਜਿਹੜੇ ਸ਼ਹਿਰ ਦੇ ਵਿੱਚ ਦਿਨ ਬ ਦਿਨ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਉਹਨਾਂ ਦੇ ਉੱਪਰ ਨਕੇਲ ਕਸਣ ਬਾਰੇ ਅਸੀਂ ਬੇਨਤੀ ਲੈ ਕੇ ਆਏ ਸੀ ਔਰ ਸਾਡਾ ਜਿਹੜਾ ਮੇਨ ਫੋਕਸ ਸੀਗਾ ਅੱਜ ਉਹ ਅਸੀਂ ਆਦਰਸ਼ ਨਗਰ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਇੱਕੋ ਪੁਆਇੰਟ ਦੇ ਉੱਪਰ 5-6 ਬਾਈਕ ਚੋਰੀ ਹੋਏ ਹੈ, ਟਾਟਾ 407 ਜਿਹੜਾ ਹੈ ਉਹ ਚੱਕਿਆ ਗਿਆ ਰਾਤ ਨੂੰ ਘਰ ਦੇ ਅੱਗਿਓਂ ਔਰ ਡਾਕਟਰ ਮਨੋਹਰ ਲਾਲ ਸੁਖੀਜਾ ਜੀ ਉਹਨਾਂ ਦੇ ਮੋਬਾਈਲ ਜਿਹੜੀ ਉਹ ਸਨੈਚਿੰਗ ਹੋਈ ਹੈ ਉਹ ਮੁੱਦਿਆਂ ਨੂੰ ਲੈ ਕੇ ਮਿਲੇ ਹਾਂ ਔਰ ਅਸੀਂ ਉਹਨਾਂ ਨੂੰ ਐਸਐਸਪੀ ਸਾਹਿਬ ਨੂੰ ਬੜੀ ਡਿਟੇਲ ਦੇ ਨਾਲ ਇੱਕ ਇੱਕ ਅਕਰੈਂਸ ਬਾਰੇ ਦੱਸਿਆ ਔਰ ਐਸਐਸਪੀ ਸਾਹਿਬ ਨੇ ਜਿਹੜੀ ਸਾਡੀ ਗੱਲ ਬੜੇ ਗੰਭੀਰਤਾ ਦੇ ਨਾਲ ਸੁਣੀ ਹੈ ਔਰ ਪੂਰਾ ਆਸ਼ਵਾਸਨ ਦਿੱਤਾ ਹੈ ਕਿ ਜੋ ਤੁਸੀਂ ਅੱਜ ਮੰਗ ਪੱਤਰ ਦੇ ਕੇ ਜਾ ਰਹੇ ਹੋ ਉਹਦੇ 'ਤੇ ਫੌਰੀ ਔਰ ਕੜੀ ਕਾਰਵਾਈ ਹੋਵੇਗੀ ਔਰ ਉਹਨਾਂ ਨੇ ਸਾਡਾ ਉਹ ਮੰਗ ਪੱਤਰ ਜਿਹੜਾ ਹੈ ਜਿਹੜਾ ਇੰਚਾਰਜ CIA ਸਟਾਫ ਨੂੰ ਰੈਫਰ ਕਰਤਾ ਹੈ ਔਰ ਉਹਨਾਂ ਨੂੰ ਹਿਦਾਇਤ ਕੀਤੀ ਹੈ ਕਿ ਇਹਦੇ 'ਤੇ ਫੌਰਨ ਐਕਸ਼ਨ ਲਿਆ ਜਾਵੇ ਔਰ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਸ਼ਹਿਰ ਵਿੱਚ ਜਿਹੜੀਆਂ ਵੱਧ ਰਹੀਆਂ ਉਹਨਾਂ ਦੇ ਉੱਪਰ ਜਿਹੜੀ ਨਕੇਲ ਕਸੀ ਜਾਵੇ। ਜਨਤਾ ਫਾਜ਼ਿਲਕਾ ਦੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਇਹਨਾਂ ਚੋਰੀ ਦੀ ਵਾਰਦਾਤਾਂ ਨੂੰ ਲੈ ਕੇ ਔਰ ਇੱਕ ਗੱਲ ਜਿਹੜੀ ਐਸਐਸਪੀ ਸਾਹਿਬ ਨੇ ਸਾਨੂੰ ਦੱਸੀ ਹੈ ਸ਼ਹਿਰ ਵਾਲਿਆਂ ਵਾਸਤੇ ਬੜੀ ਮਹੱਤਵਪੂਰਨ ਜਾਣਕਾਰੀ ਦਿੱਤੀ ਉਹਨਾਂ ਨੇ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਅਗਰ ਪੁਲਿਸ ਉਹਨਾਂ ਦੀ ਗੱਲ ਨਹੀਂ ਸੁਣਦੀ, ਕੋਈ ਐਪਲੀਕੇਸ਼ਨ ਦਿੱਤੀ ਹੈ ਉਹਦੇ 'ਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਤਾਂ 112 ਨੰਬਰ ਡਾਇਲ ਕਰਕੇ ਤੁਸੀਂ ਜਿਹੜਾ ਹੈ ਆਪਣੀ ਸਮੱਸਿਆ ਦਾ ਸਮਾਧਾਨ ਕਰ ਸਕਦੇ ਹੋ। ਇਵਨ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਮੈਨੂੰ ਵੀ ਮੇਰੇ ਪਰਸਨਲ ID ਦੇ ਉੱਪਰ ਮੇਲ ਕਰੋ, ਹਰ ਮੇਲ ਜਿਹੜੀ ਹੈ ਮੇਰੀ ਟੇਬਲ 'ਤੇ ਜ਼ਰੂਰ ਪਹੁੰਚਦੀ ਹੈ ਔਰ ਮੈਂ ਉਹਨੂੰ ਜ਼ਰੂਰ ਦੇਖਦਾ ਔਰ ਹਰ ਮੇਲ ਜਿਹੜੀ ਹੈ ਮੈਂ ਅੱਗੇ ਮਾਰਕ ਕਰਦਾ, ਉਹਦੇ 'ਤੇ ਐਕਸ਼ਨ ਹੁੰਦਾ। ਇੱਕ ਗੱਲ ਤਾਂ ਉਹਨੇ ਹੋਰ ਦੱਸੀ, ਤੁਸੀਂ ਕਿਤੇ ਸਫ਼ਰ ਕਰ ਰਹੇ ਹੋ ਰਸਤੇ ਤੁਹਾਡੀ ਗੱਡੀ ਖਰਾਬ ਹੋ ਜਾਂਦੀ ਹੈ, ਤੁਸੀਂ ਕਿਸੇ ਵੀ ਡਿਸਟ੍ਰਿਕਟ ਦੇ ਵਿੱਚ ਹੋ 112 ਨੰਬਰ ਡਾਇਲ ਕਰੋ, ਤੁਹਾਡੀ ਪੁਲਿਸ ਉੱਥੇ ਮਦਦ ਵਾਸਤੇ ਪਹੁੰਚੇਗੀ। ਉਹਨਾਂ ਨੇ ਉਹਨਾਂ ਦੀਆਂ ਗੱਲਾਂ ਤੋਂ ਸਾਨੂੰ ਅੱਜ ਜਿਹੜਾ ਇਹ ਵਿਸ਼ਵਾਸ ਜਾਗਿਆ ਹੈ ਕਿ ਜੋ ਵੀ ਇਹ ਚੋਰੀ ਦੀਆਂ ਵਾਰਦਾਤਾਂ ਹੋਈਆਂ ਉਹ ਉਹਨਾਂ ਨੂੰ ਟਰੇਸ ਜ਼ਰੂਰ ਕਰਨਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਫਾਜ਼ਿਲਕਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ 'ਤੇ ਜਿਹੜੀ ਨਕੇਲ ਲੱਗੇਗੀ। ਸਾਹਿਬ ਨੇ ਤੁਹਾਨੂੰ ਦੱਸਿਆ, ਉਸਾਰ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਅਸੀਂ ਐਸਐਸਪੀ ਸਾਹਿਬ ਕੋਲ ਆਏ ਸੀਗੇ ਅਤੇ ਉਹਨਾਂ ਨੂੰ ਸਾਰੀਆਂ ਅਸੀਂ ਆਪਦੀਆਂ ਦੱਸੀਆਂ ਵੀ ਜਿਵੇਂ ਇੱਥੇ ਚੋਰੀਆਂ ਹੋ ਰਹੀਆਂ ਰੋਜ਼ ਦੇ 5-6 ਮੋਟਰਸਾਈਕਲ ਅਤੇ ਇੰਨੀ ਐਵਰੇਜ ਦਾ ਮੇਰੇ ਖਿਆਲ ਨਾਲ ਮੈਂ ਤਾਂ ਪਹਿਲੀ ਵਾਰੀ ਸੁਣੀ ਹੈ ਕਿ ਰੋਜ਼ ਦੇ 5-6-7-8 ਮੋਟਰਸਾਈਕਲ ਜਿਹੜੀ ਆ ਰੋਜ਼ ਦੇ ਚੋਰੀ ਹੋ ਰਹੇ ਆ ਅਤੇ ਉੱਥੇ ਇਹਨਾਂ ਦੇ ਮੁਹੱਲੇ 'ਚ ਜਿਹੜਾ ਕਿ ਉੱਥੇ ਆਪਣਾ ਜੂਆ ਵੀ ਚੱਲਦਾ ਅਤੇ ਉੱਥੇ ਨਸ਼ੇ ਨੁਸ਼ੇ ਵਾਲੇ ਜਿਹੜੇ ਕੋਈ ਹੋਰ ਆ ਉਹ ਵੀ ਆ ਕੇ ਬੈਠਦੇ ਆ ਅਤੇ ਇਹਨਾਂ ਦਾ ਇੱਕ ਜਿਹੜਾ ਆਦਰਸ਼ ਨਗਰ ਆ ਉਹ ਆਊਟਸਕਰਟਸ 'ਤੇ ਪੈ ਜਾਂਦਾ, ਸੋ ਉਹਦੇ ਨਾਲ ਕਨੈਕਟੀਵਿਟੀ ਅਗਲੇ ਪਾਸੇ ਵੀ ਬਾਹਰ ਵੀ ਹੋ ਜਾਂਦੀ ਆ, ਸੋ ਇੰਨਾ ਸੇਫ ਨਹੀਂ ਗਾ, ਸੋ ਕੋਈ ਵੀ ਉੱਥੇ ਆਉਂਦਾ ਜਾਂਦਾ ਤਾਂ ਇਹ ਨਹੀਂ ਆਪਾਂ ਕਹਿ ਸਕਦੇ ਵੀ ਇਹ ਵੀ ਹੋ ਸਕਦਾ ਕਿ ਜਿਹੜਾ ਚੋਰੀ ਕਰ ਰਿਹਾ ਮੁਹੱਲੇ ਦਾ ਹੀ ਹੋਵੇ, ਇਹ ਵੀ ਪੋਸੀਬਿਲਿਟੀ ਹੈ ਕਿ ਉਹ ਬਾਹਰੋਂ ਆ ਰਿਹਾ, ਬਾਹਰੋਂ ਆ ਕੇ ਦੇਖ ਕੇ ਹਾਂਜੀ ਇਨਫੋਰਮੇਸ਼ਨ ਹਾਂ ਮੁਹੱਲੇ 'ਚੋਂ ਜਾਂ ਇਨਫੋਰਮੇਸ਼ਨ ਜਾਂਦੀ ਰਹਿੰਦੀ ਹੈ, ਲੈ ਕੇ ਚੱਕਣ ਵਾਲਾ ਕੋਈ ਹੋਰ ਹੁੰਦਾ ਉਹ ਚੱਕ ਕੇ ਲੈ ਜਾਂਦਾ। ਸੋ ਅੱਜ ਅਸੀਂ ਸਰ ਹਰਜੀਤ ਸਿੰਘ ਜਿਹੜੇ SSP ਆ ਸਾਡੇ ਫਾਜ਼ਿਲਕਾ ਦੇ ਇਹਨਾਂ ਕੋਲ ਆਏ ਹਾਂ, ਉਹਨਾਂ ਨੇ ਸਾਡਾ ਬਹੁਤ ਤਹੱਮਲ ਨਾਲ ਸਾਡੀ ਗੱਲ ਬਹੁਤ ਪਿਆਰ ਨਾਲ ਸੁਣੀ ਹੈ
तो उन्होंने सानू एजुकेट भी किया जिमें थोनू एम सी साहब ने दसिया, उन्होंने सानू एजुकेट भी किया भी जे ए हो जाए तो तुम ए पुलिस की मत लै सकते हो, घर बैठे थोड़ा मसला हल हो जूगा। तो असी उन्होंने एक रिक्वेस्ट भी की है कि साडा जिहड़ा ये आदर्श नगर हैगा ये पुलिस का जिहड़ा पेट्रोलिंग है वह भी वधाई जाए। इन्होंने कहा कि वह उत्थे मेरे चाह भी अपना भी उत्थे पेट्रोलिंग वधाई जाए तो पुलिस ज़्यादा आवे हर गली च टप्पे वह सारे पासे। सो यही साडा तो हैगा क्योंकि मुंडिया के एक एक उत्थे नाल ही सीगे मेरे ख्याल इतने खड़े है कि नहीं, मेरिया किश्तां खत्म हुई मोटरसाइकिल दियां तो मोटरसाइकिल चोरी हो गया। हूँ दसो यार बंदा मतलब भी की करूँगा, हूँ स्टूडेंट हैगा 45,000 60,000 का मोटरसाइकिल है वो दिन दे 7-8 जा रहे हैं तो ये कोले किन्ने के पैसे होंगे है, कोई शाहूकार भी है तो वह भी जो मोटरसाइकिल चक्या जाए तो नुकसान तो नुकसान ही होंगे ना जी। नाले करोना हुणे हजे करोना भी चल रहा है, ये सारा कुछ इन बिटवीन करोना हो रहा जिहड़ियां भी चोरियां हो रही। सो हजे करोना भी आप यही नहीं कह सकते भी खत्म हो गया, सारा के कारोबार बेचारियां दे हजे दुआर तो दुकाना खुल रही हैं चल रही हैं, किसी का उधार लेना है किसी का विक नहीं रहा समान किसी का की है किसी का की है। सो हर दी आपकी तकलीफ है। सो साडी तां यही है SSP साहब ने सानू बहुत चंगी तरह सुनिया, तो मैनू सवेरे अपना डॉक्टर साहब का भी फोन आया सी, उन्होंने मैनू कहा डॉक्टर महेंद्र रणवा कि बेटा नाल जाके आई उन्होंने ते नाल जाके ते सारी गल सुन के चंगी तरह, ते उन्होंने भी फोन किया SSP साहब नूं कि तुसीं इह पूरी सख्ती नाल वेखो कि इस मोहल्ले च किहड़े बंदे है कौन ये कर रहा है। सो उन्हां सो मेरी तो यही एक रिक्वेस्ट है कि ये जिहड़ी तकलीफ है ये इन्हां नूं भी मतलब इन्हां दा छुटकारा होना चाहिए। तो हो एको गल नहीं सकता कि पुलिस साहब की पेट्रोलिंग वधावे तो जिहड़ा आह जुए जाए जिहड़ा ये काम खत्म हो गया।